ਨਗਾਰਾ ਸਾਹਿਬ ਉਹਰੇ ਵੱਜਦਾ ਜਾਂਦਾ ਹੁੰਦਾ ਸੀਗਾ। ਇਹ ਨਗਾਰਾ ਸਾਹਿਬ ਤੁਸੀਂ ਇਹ ਮਤਲਬ ਉਸ ਟਾਈਮ ਬਾਬਾ ਜੀ ਦੇ ਟਾਈਮ ਦਾ ਹੀ ਹੈ? ਬਾਬਾ ਜੈ ਸਿੰਘ ਦੇ ਹੱਥਾਂ ਦਾ ਬਣਿਆ ਹੋਇਆ। ਹਾਂਜੀ, ਨਾਲੇ ਆਹ ਦੋਏ ਨਿਸ਼ਾਨ ਉਹਨਾਂ ਦੇ ਟਾਈਮਾਂ ਦੇ ਰਹੇ। बहुत दूर तक लाइट दे नाल चलिया आउंदा सी। साडी दादी ने रौला पाउणा वे लड़ जू इह च कुछ ऐ हो जू। लगभग जिवें बापू जी ने दस्सिया भी 300 साल पुरानी यह इमारत है। देखो हले भी जिहड़ी किन्नी सोहणी आ, देखण नूं किन्ना सोहणा लग रहा है। इमारत हले भी उसे तरह खड़ी है, 300 साल पुरानी। ਇਹ ਇੱਕ ਤੁਸੀਂ ਦੇਖਦੇ ਸੋਜੀ ਵਿੱਚ ਬਿਲਕੁਲ ਖੜੀਆਂ ਸੀ, ਛੱਤਾਂ ਹੈਗੀਆਂ ਸੀ ਕਿ ਨਹੀਂ? ਸਾਰੇ ਘਰ ਖੜੇ ਸੀ, ਸਾਰੇ ਘਰ ਖੜੇ ਦੀ ਆ ਖੜੇ ਦੀ ਤੇ ਰੋੜੀ ਕੁੱਟਣੇ ਵਾਲੇ ਨੇ ਵਾਢੇ ਦੇ ਦੇ ਕੇ ਕੰਧਾਂ ਸਿੱਟ ਲੀਆਂ ਢਾ ਲੀਆਂ। ਬੁਰਜ ਆਪਣੇ ਇੱਕੇ ਦਿਖਾਈ ਦਿੰਦਾ ਹੈ, ਕਿੰਨੇ ਬੁਰਜ ਸੀਗੇ ਟੋਟਲ? ਚਾਰ ਬੁਰਜ ਦੀ। ਬਾਬਾ ਜੀ ਦਾ ਇੱਕ ਬੇਟਾ ਹੋਇਆ ਚੜਤ ਸਿੰਘ, ਚੜਤ ਸਿੰਘ ਦੇ ਬੇਟੇ ਹੋਏ ਨੇ ਗਾਹਾਂ ਚਾਰ, ਫਿਰ ਚਾਰ ਬੁਰਜ ਤੇ ਫਿਰ ਗਾਹਾਂ ਅੱਡੋ ਅੱਡੀ ਬੱਚੇ ਹੋਈ ਗਏ ਨੇ, ਕੁਰਸੀ ਨਾਵਾ ਬਣਦੇ ਦੀ ਸਾਰਿਆਂ ਦਾ। ਇਹ ਖੋਹੀ ਆ, ਇਹ ਇੱਕ ਵੱਡਾ ਖੂਹ, ਇਹ ਵੀ ਪੁਰਾਣੀ ਬਹੁਤ ਕਿਵੇਂ ਆ? ਇਹ ਵੀ ਉਸ ਟਾਈਮ ਦੀ ਹੋਇਆ ਜੀ। ਅੱਛਾ, ਹਾਂ ਉਹਨਾਂ ਟਾਈਮਾਂ ਦੀ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜੁੜੇ ਹੋਏ ਹੋ ਜ਼ੋਰਾਵਰ ਟੀਵੀ ਨਾਲ। ਸੰਗਤ ਜੀ, ਅੱਜ ਤੁਹਾਡੇ ਸਾਹਮਣੇ ਇੱਕ ਮੈਂ ਵੱਖਰੇ ਕਿਸਮ ਦੀ ਵੀਡੀਓ ਲੈ ਕੇ ਆਇਆ। ਅਸੀਂ ਅੱਜ ਸਮਰਾਲਾ ਸ਼ਹਿਰ ਦਾ ਪਿੰਡ ਹੈ ਲੱਦੜਾਂ, ਲੱਦੜਾਂ ਚਹਿਲਾਂ, ਉੱਥੇ ਪਹੁੰਚੇ ਹਾਂ ਜਿੱਥੇ ਬਾਬਾ ਜੈ ਸਿੰਘ ਜੀ, ਜਿਹੜੇ ਬਾਬਾ ਜੈ ਸਿੰਘ ਜੀ ਬੰਦਾ ਬਹਾਦਰ ਦੇ ਨਾਲ ਸਰਹੰਦ ਫਤਿਹ ਕਰਨ ਤੋਂ ਬਾਅਦ ਇਹ ਲੱਦੜਾਂ ਪਿੰਡ ਪਹੁੰਚੇ। ਉੱਥੇ ਬਾਬਾ ਜੀ ਦੇ ਨਾਲ ਦਾ ਜੋ ਵਿਰਾਸਤ ਦਾ ਸਮਾਨ ਹੈ ਉਹ ਇੱਥੇ ਰੱਖਿਆ ਬਾਬਾ ਜੀ ਨੇ, ਜਿਵੇਂ ਨਿਸ਼ਾਨ ਸਾਹਿਬ ਨੇ ਉਹ ਵੀ ਨੇ। ਅਤੇ ਇੱਕ ਇੱਥੇ ਬਹੁਤ ਵੱਡਾ ਕਿਲਾ ਜਿਹੜਾ ਬਾਬਾ ਜੈ ਸਿੰਘ ਜੀ ਨੇ ਇੱਥੇ ਆ ਕੇ ਰਹੇ, ਉਹਨਾਂ ਦੇ ਅੱਗੇ ਵਾਰਸ ਰਹੇ, ਉਹ ਵੀ ਤੁਹਾਨੂੰ ਕਿਲਾ ਵੀ ਦਿਖਾਵਾਂਗੇ। ਅਤੇ ਆ ਜੋ ਆਪਾਂ ਇੱਥੇ ਪ੍ਰਬੰਧਕਾਂ ਨਾਲ ਦੇ ਨਾਲ ਗੱਲਬਾਤ ਵੀ ਕਰਵਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਾਬਾ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਬਾਬਾ ਜੀ, ਬਾਬਾ ਜੈ ਸਿੰਘ ਜੀ ਦੇ ਬਾਰੇ ਜਾਂ ਉਹਨਾਂ ਦੇ ਬਾਰੇ ਜਿਵੇਂ ਸੰਗਤਾਂ ਨੂੰ ਤੁਸੀਂ ਜ਼ਰੂਰ ਦੱਸੋ, ਇੱਥੇ ਕੀ ਤੁਹਾਡੇ ਪਿੰਡ ਦੇ ਵਿੱਚ ਬਾਬਾ ਜੀ ਦੀ ਸਾਂਭਿਆ ਹੋਇਆ ਯਾਦਾਂ ਕੀ ਚੀਜ਼ਾਂ ਪਈਆਂ ਨੇ? ਬਾਬਾ ਜੀ ਜਦ ਇੱਥੇ ਆਏ ਨੇ, ਆ ਕੇ ਇਹਨਾਂ ਨੇ ਰਹੇ ਨੇ, ਉੱਥੇ ਲੜਾਈ ਕਰੀ, ਯੁੱਧ ਸਰੰਦ ਫਤਿਹ ਕਰਿਆ, ਫਿਰ ਇੱਥੇ ਆ ਕੇ ਖੂਹ ਨਹੀਂ ਦੀ ਲਾਉਣ ਦਿੰਦੇ, ਉਹ ਖੂਹ ਲਾਏ ਬਾਬਾ ਜੀ ਨੇ ਆ ਕੇ, ਕਿਲਾ ਸਾਰਿਆ ਬਹੁਤ ਵੱਡਾ, ਕਿਲਾ ਸਾਰ ਕੇ ਆਲੇ ਦੁਆਲੇ ਬਹੁਤ ਜ਼ਮੀਨਾਂ ਹੋਰ ਲੋਕਾਂ ਦੇ ਭਲੇ ਕਰਦੇ ਦੀ ਬਹੁਤ ਜ਼ਿਆਦਾ, ਫਿਰ ਜੰਗ 'ਚ ਇੱਥੇ ਸ਼ਹੀਦ ਹੋ ਗਏ। ਅੱਛਾ ਜੀ। ਬਾਬਾ ਜੀ ਤੁਸੀਂ ਇੱਥੇ ਗ੍ਰੰਥੀ ਸਿੰਘ ਰਹੇ ਹੋ, ਬਹੁਤ ਸਮਾਂ ਤੁਸੀਂ ਇੱਥੇ ਬਤੀਤ ਕੀਤਾ ਹੈ ਨਾ, ਤੁਸੀਂ ਇਸ ਨਗਰ ਬਾਰੇ ਜਾਂ ਜਿਹੜੇ ਬਾਬਾ ਜੀ ਇਤਿਹਾਸਿਕ ਚੀਜ਼ਾਂ ਇੱਥੇ ਪਈਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਆਹੀ ਰਹੇ ਬਾਬਾ ਜੀ ਇਤਿਹਾਸਿਕ ਚੀਜ਼ਾਂ, ਆਹ ਨਿਸ਼ਾਨ ਨੇ ਜਿਹੜੇ ਨਿਸ਼ਾਨਾਂ ਵਾਲੀ ਮਿਸਲ ਦੇ ਮੂਹਰੇ ਲੈ ਕੇ ਤੁਰਦੇ ਹੁੰਦੇ ਸੀ, ਅਤੇ ਕਿ ਨਗਾਰਾ ਸਾਹਿਬ ਮੂਹਰੇ ਵੱਜਦਾ ਜਾਂਦਾ ਹੁੰਦਾ ਸੀ। ਇਹ ਨਗਾਰਾ ਸਾਹਿਬ ਤੁਸੀਂ ਇਹ ਮਤਲਬ ਉਸ ਟਾਈਮ ਬਾਬਾ ਜੀ ਦੇ ਟਾਈਮ ਦਾ ਹੀ ਹੈ? ਬਾਬਾ ਜੈ ਸਿੰਘ ਦੇ ਹੱਥਾਂ ਦਾ ਬਣਿਆ ਹੋਇਆ। ਹਾਂਜੀ, ਨਾਲੇ ਆਹ ਦੋਏ ਨਿਸ਼ਾਨ ਉਹਨਾਂ ਦੇ ਟਾਈਮਾਂ ਦੇ ਰਹੇ। ਨਿਸ਼ਾਨ ਸਾਹਿਬ ਨੇ ਉਹ ਵੀ ਉਹਨਾਂ ਦੇ ਟਾਈਮ ਦੇ ਨੇ? ਹਾਂਜੀ ਹਾਂਜੀ, ਇਹ ਨਾਲ ਨਾਲ ਮੂਹਰੇ ਚੱਲਦੇ ਨਿਸ਼ਾਨ, ਮਗਰ ਨਾਲ ਨਗਾਰਾ ਵੱਜਦਾ ਜਾਂਦਾ ਹੁੰਦਾ ਸੀ। ਅੱਛਾ ਜੀ। ਬਾਕੀ ਇਤਿਹਾਸਿਕ ਕਿਰਪਾਨਾਂ ਦੀਆਂ ਉਹ ਇੱਧਰ ਉੱਧਰ ਨਾ ਸਾਂਭ ਹੋਈਆਂ, ਜਿਹੜੇ ਹੋਰ ਸ਼ਸਤਰ ਤੇ ਉਹ ਬਹੁਤ ਤੇ ਉਹ ਕਿਤੇ ਇੱਧਰ ਉੱਧਰ ਜਿਹਦੇ ਹੱਥ ਲੱਗ ਗਿਆ ਉਹ ਲੈ ਗਿਆ। ਅੱਛਾ ਜੀ। ਹਾਂ, ਬਸ ਨਹੀਂ ਤਾਂ ਸਮਾਨ ਤਾਂ ਪੁਰਾਣਾ ਕਾਫੀ ਦੀ ਸਮਾਧ ਹੀ ਬਹੁਤ ਪੁਰਾਣੀ। ਹਾਂ, ਗੋਲ ਇਹ ਪਹਿਲਾਂ ਤੋਂ ਹੀ ਇਤਿਹਾਸਿਕ ਸਮਾਧ ਹੈ। ਤੁਸੀਂ ਉਹ ਬਾਬਾ ਜੈ ਸਿੰਘ ਦੀ ਪੀੜ੍ਹੀ ਚੋਂ ਅੱਗੇ ਅੱਗੇ ਕਿਵੇਂ? ਉਹਨਾਂ ਦੀ ਸੱਤਵੀਂ ਪੀੜ੍ਹੀ ਚੋਂ, ਬਾਬਾ ਜੈ ਸਿੰਘ ਦੀ ਸੱਤਵੀਂ ਅੱਠਵੀਂ ਪੀੜ੍ਹੀ ਚੋਂ ਆ ਗਿਆ। ਅੱਛਾ ਬਾਬਾ ਜੀ। ਹਾਂ, ਸਾਡੇ ਬਜ਼ੁਰਗ ਗਾਹਾਂ ਦੀ ਗਾਂ ਕੁਰਸੀ ਨਾਵਾਂ ਬਣਿਆ, ਸਰਦਾਰਾਂ ਦਾ ਗੁਰੋਂ ਗੋਤ, ਸਰਦਾਰਾਂ ਦਾ ਪਿੰਡ ਹੈ ਇਹ ਲੱਦਣਾ। ਠੀਕ ਹੈ ਜੀ। ਨੌਵੀਂ ਮਿਸਲ। ਅੱਛਾ ਜੀ। ਬਾਬਾ ਜੀ ਜੈ ਸਿੰਘ। ਠੀਕ ਹੈ ਜੀ। ਇਤਿਹਾਸੀ ਆ, ਉੱਥੇ ਹਰਿਮੰਦਰ ਸਾਹਿਬ 'ਚ ਵੀ ਇਹਦੀ ਫੋਟੋ ਆ ਨਗਾਰਾ ਸਾਹਿਬ ਦੀ। ਅੱਛਾ ਜੀ। ਹਾਂ, ਇੱਥੇ ਵੀ ਸਾਡੇ ਸ਼ਾਇਦ ਪਿਆ ਹੋਊਗਾ ਕੋਈ ਕੈਲੰਡਰ ਛਪਿਆ ਹੋਇਆ। ਅੱਛਾ ਬਾਬਾ ਜੀ। ਹਾਂ ਹਾਂਜੀ ਦੋਸਤੋ, ਹੁਣ ਅਸੀਂ ਲੱਦਣਾ ਪਿੰਡ ਦੇ ਕਿਲੇ ਜਿਹੜਾ ਬਾਬਾ ਜੈ ਸਿੰਘ ਜੀ ਇੱਥੇ ਆ ਕੇ ਰਹੇ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਸਾਡੇ ਨਾਲ ਬਾਬਾ ਜੀ ਮੌਜੂਦ ਨੇ, ਉਹਨਾਂ ਤੋਂ ਆਪਾਂ ਜਾਣਦੇ ਹਾਂ ਕਿਲੇ ਦੀ ਕੀ ਹਿਸਟਰੀ ਆ। ਬਾਬਾ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਦੁਬਾਰਾ ਆਪਾਂ ਫਿਰ ਗੱਲ ਕਰਨ ਲੱਗੇ ਹਾਂ ਜੀ, ਜਿਵੇਂ ਹੁਣ ਇਹ ਕਿਲਾ ਹੈ ਕਾਫੀ, ਇਹ ਕਿੰਨੀ ਕੁ ਜਗ੍ਹਾ ਦੇ ਵਿੱਚ ਜਿਹੜਾ ਕਿਲਾ ਜੀ ਇਹ?
ये होगा जी घट्टो घट्ट 5-6 किलियां तो उपरे होगा ये। अच्छा एदा किले का इतिहास की है जी, हिस्टरी की है जी? इहदी हिस्टरी है भी जद बाबा जी जय सिंह उधर रणीके धीरके तो आए ने, आके उन्होंने जंग लड़ी आ अपने सरंद की बंदे बहादुर ना, उधरों फिर आते हुए उरे ठहरे। अच्छा जी, और ठहरे हुए इतने साढ़े चाला नगर लागते गाँव वाले बंदे ना खूह नहीं थी लगन देंगे लद्दणा का। अच्छा जी, जो खूह नहीं थी लगन देंगे फिर लद्दणा वाले लद्दणा वाले जिमीदार ने बेनती करी बाबा जी ने भी ए करके जी, फिर इन्होंने खूह लवाए। ठीक है जी, जब खूह लवाए फिर ये लद्दणा वाले कहन लगे बाबा जी ने तुम साढ़े को रहो भी किला खाली इतने तुम जाओ ना इत आ जाओ। अच्छा जी, फिर बाबा जी उरे ठहर पे वो कहें भी फिर असी थोड़े पिंड दे विच जमीन नहीं कोई भी थोड़ा हो सांभांगे जां लवांगे जिनी भी जमीन फिर बाबा जी ने आले दुआले बाबा जी ने हुक्म कवर करी, हुक्म होया भी जिनी जिथे जिथे तक घोड़ा भजा लो सूरज थोड़ी जमीन होगी अंग्रेजा ने। अच्छा जी, जंग लड़ी है। अच्छा जी, फिर जगीरां लगियां हुई हैं सारी जमीन खैर दी जगीर होंदी थी समराले दियां जगीरां। हां जी, फिर एक किला बनाया ये चार बुरज ते फिर एक बुरज तो दूजे बुरज दे विच सुरंगां जां असीं भी खेलदे लंघ जांदे थी। ਤੁਸੀਂ ਬਚਪਨ ਦੇ ਵਿੱਚ ਜਿਹੜੇ ਸੁਰੰਗਾਂ ਸੀ ਹਾਂ ਸਾਡੇ ਬਾਬਾ ਜੀ ਗਰਜਾ ਸਿੰਘ ਦੀ ਮੇਰੇ ਬਾਬਾ ਜੀ ਉਹਨਾਂ ਦੇ ਕਮਰੇ 'ਚ ਸੁਰੰਗ ਹੁੰਦੀ ਸੀ, ਮੈਂ ਬਹੁਤ ਦੂਰ ਤੱਕ ਲਾਈਟ ਦੇ ਨਾਲ ਚੱਲੇ ਆਉਂਦਾ ਸੀ, ਸਾਡੀ ਦਾਦੀ ਨੇ ਰੌਲਾ ਪਾਉਣਾ ਵੀ ਲੜ ਜੂ ਇਹ 'ਚ ਕੁਛ ਐਂ ਹੋ ਜੂ, ਇਹ ਤੋਂ ਦੂਈ ਸੁਰੰਗ ਉੱਧਰ ਦੂਈ ਸੁਰੰਗ ਚਾਰੇ ਪਾਸੇ ਇੱਕ ਦੂਏ ਦੇ ਸਾਰਿਆਂ ਦੇ ਵਿੱਚ ਘਰਾਂ 'ਚ ਇੱਕ ਦੂਏ ਜਾਏ ਹੁੰਦੇ ਸੁਰੰਗਾਂ ਨਾਲ ਅੱਗੇ। ਇਹ ਜਿਹੜੀਆਂ ਤੁਸੀਂ ਸੁਰੰਗਾਂ ਦੀ ਗੱਲ ਕਰ ਰਹੇ ਹੋ ਇਹ ਕਦੋਂ ਖਤਮ ਹੋਈਆਂ ਨੇ, ਕਦੋਂ ਕਦੋਂ ਤੱਕ ਬੰਦ ਹੋਈਆਂ ਨੇ ਇਹ? ਇਹ ਸੁਰੰਗਾਂ ਹੋਈਆਂ ਤਾਂ ਸਾਡੀ ਸੋਝੀ ਤੋਂ ਪਹਿਲਾਂ ਹੀ ਬੰਦ ਹੋ ਗਈਆਂ, ਜਿਉਂ ਜਾਣੀ ਕਿ ਸਾਡੀ ਸੋਝੀ 'ਚ ਸੁਰੰਗਾਂ ਹੈਗੀਆਂ ਤੀਆਂ ਐਨ ਖੁੱਲ੍ਹੀਆਂ ਬੰਦਾ ਖੜ੍ਹ ਕੇ ਵਿੱਚ ਹੀ ਜਾ ਸਕਦਾ ਸੀ, ਅਸੀਂ ਦੂਰ ਤੱਕ ਜਾਂਦੇ ਸੀ ਉਹ ਬੰਦ ਕਰ ਲਈਆਂ ਤੀਆਂ, ਜਾਂਦਾ ਨਹੀਂ ਲੰਘਦਾ ਨਹੀਂ ਸੀ ਕੋਈ। ਆ ਜਿਹੜੀ ਸੁਰੰਗ ਬੰਦ ਕਰੀ ਆ ਤੂੜੀ ਜੀ ਪਈ ਹੈ ਇਹ ਤਾਂ ਹਲੇ ਹੁਣਕ ਦੀ ਗੱਲ ਹੈ, ਅਸੀਂ ਦੇਖਦੇ ਰਹੇ ਹਾਂ ਥੱਲੇ ਨੂੰ ਖੂਹ ਜੇ ਵਾਂਗ ਉਤਰਦੇ ਤੀ ਫਿਰ ਗਾਹਾਂ ਐਂ ਜਾਂਦੀ ਸੀਗੀ ਸੁਰੰਗ। ਇਹ ਵੀ ਮੈਂ ਲੈਂਟਰ ਲਾਤਾ, ਇਹ ਜਿਹੜੀਆਂ ਸੁਰੰਗਾਂ ਆਪਾਂ ਬਣਾਈਆਂ ਸੀਗੀਆਂ ਇਹ ਵੀ ਬਾਬਾ ਜੈ ਸਿੰਘ ਜੀ ਨੇ ਬਣਾਈਆਂ ਸੀ ਜਾਂ ਪਹਿਲਾਂ ਦੀ ਹੋਣਗੀਆਂ? ਉਹਨਾਂ ਦੀਆਂ ਕਰੀਆਂ ਹੋਈਆਂ। ਇਹ ਸੇਫਟੀ ਵਾਸਤੇ ਸੀ ਵੀ ਜੇ ਕੋਈ ਹਮਲਾ ਹੋ ਜਾਵੇ ਨਾ ਕਿਲੇ 'ਤੇ ਕੋਈ ਕਬਜ਼ਾ ਕਰ ਲਵੇ ਤਾਂ ਆਪਾਂ ਸੁਰੰਗ ਰਾਹੀਂ ਬੰਦਾ ਬਾਹਰ ਜਾ ਸਕਦਾ ਸੁਰੰਗਾਂ ਰਾਹੀਂ। ਦੋਸਤੋ ਬਹੁਤ ਸੋਹਣਾ ਇੱਕ ਮਤਲਬ ਬਾਬਾ ਜੈ ਸਿੰਘ ਜੀ ਦਾ ਇਤਿਹਾਸਕ ਜਿਹੜਾ ਇੱਥੇ ਇਤਿਹਾਸ ਪਿਆ ਜੀ, ਬਹੁਤ ਸੋਹਣਾ ਕਿਲਾ ਇਹ। ਅਤੇ ਇੱਕ ਆਪਾਂ ਦੇਖ ਰਹੇ ਬਾਬਾ ਬੁਰਜ, ਇਹ ਬੁਰਜ ਆਪਣੇ ਇੱਕੇ ਦਿਖਾਈ ਦਿੰਦਾ, ਇਹ ਕਿੰਨੇ ਬੁਰਜ ਸੀਗੇ ਟੋਟਲ? ਬੁਰਜ ਚਾਰ ਬੁਰਜ ਦੀ, ਬਾਬਾ ਜੀ ਦਾ ਇੱਕ ਬੇਟਾ ਹੋਇਆ ਚੜ੍ਹਤ ਸਿੰਘ, ਚੜ੍ਹਤ ਸਿੰਘ ਦੇ ਬੇਟੇ ਹੋਏ ਨੇ ਗਾਹਾਂ ਚਾਰ, ਫਿਰ ਚਾਰ ਬੁਰਜ ਅਤੇ ਫਿਰ ਗਾਹਾਂ ਅੱਡੋ ਅੱਡੀ ਬੱਚੇ ਹੋਈ ਗਏ ਨੇ, ਕੁਰਸੀ ਨਾਵਾਂ ਬਣਦੇ ਸੀ ਸਾਰਿਆਂ ਦਾ। ਹੁਣ ਬੱਚੇ ਬਾਹਰ ਨੇ, ਕੋਈ ਅਮਰੀਕਾ ਜਾਂ ਕਨੇਡਾ ਚੰਡੀਗੜ੍ਹ ਮੋਹਾਲੀ ਬਾਹਰ ਬਾਹਰ ਬੈਠੇ ਨੇ ਸਾਰੇ, ਸਾਡੇ ਗੁਰੂ ਗੋਤ ਨੇ ਜਿੰਨੇ ਵੀ ਬਾਬਾ ਜੈ ਸਿੰਘ 'ਚੋਂ ਪਰਿਵਾਰ 'ਚੋਂ ਨੇ ਸਾਰੇ, ਹੁਣ ਸਾਰੇ ਬਾਹਰ ਨੇ, ਹੁਣ ਤਾਂ ਇੱਥੇ ਥੋੜ੍ਹੇ 5-7 ਘਰ ਰਹਿੰਦੇ ਨੇ, ਬਾਕੀ ਸਾਰੇ ਬਾਹਰ ਬਾਹਰ ਨੇ, ਕੋਈ ਕਿਤੇ ਹੈ ਦੇਸਾਂ 'ਚ ਕੋਈ ਕਿਤੇ ਹੈ। ਜਿਹੜਾ ਜਿਹੜਾ ਬੁਰਜ ਹੁੰਦਾ ਸੀਗਾ ਇਹਦਾ ਇਹ ਵੱਡੇ ਹਾਈਟ ਕਾਫੀ ਜ਼ਿਆਦਾ ਸੀ, ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਵੀ ਉੱਪਰੋਂ ਟੁੱਟ ਗਿਆ ਹੈ ਕਾਫੀ, 4-4 ਮੰਜ਼ਿਲਾਂ ਉੱਚੇ ਬੁਰਜ 'ਤੇ ਹੁਣ ਸਾਡੇ। ਹਾਂ ਇੱਕੋ ਹੀ ਬੁਰਜ ਸਾਡੇ ਚਾਲੂ ਆ, ਜਿਹੜਾ ਸਾਡੇ ਤਾਇਆ ਜੀ ਜਸਵੰਤ ਸਿੰਘ ਹੁੰਦੇ ਸੀ ਉਹਨਾਂ ਦੇ ਉੱਧਰ ਬੁਰਜ, ਪ੍ਰੀਤਮ ਸਿੰਘ ਨਹੀਂ ਉਹਨਾਂ ਕਿੰਨੀ ਬੁਰਜ ਹੈਗਾ ਜੀ? ਹਾਂ ਅਤੇ ਸਹੀ ਆ, ਹਾਂ ਉਹ ਬੁਰਜ ਸਹੀ ਆ, ਬਿਲਕੁਲ ਐਂ ਸਾਂਭਿਆ ਹੋਇਆ। ਅਤੇ ਆਹ ਇੱਕ ਬੁਰਜ ਸਾਡੇ ਬੁਰਜ ਵਾਲਿਆਂ ਦਾ ਅੱਧ ਵਿਚਾਲੇ ਖੜ੍ਹਾ, ਦੋ ਬੁਰਜ ਸਾਡੇ ਢਹਿ ਟੂ ਗਏ। ਅੱਛਾ ਜੀ, ਹਾਂ ਚਾਰ ਬੁਰਜ ਸੀ ਸਾਡੇ, ਇੱਕ ਇੱਧਰ ਸਾਡੇ ਬੁਰਜ ਹੁੰਦਾ ਸੀ ਬਾਬਾ ਜੀ ਮਹਤਾਬ ਸਿੰਘ ਦਾ ਹਿੱਸੇ ਦਾ ਆ, ਇਹ ਢਹਿ ਗਿਆ, ਇੱਕ ਉੱਧਰ ਪਰੇ ਹੁੰਦਾ ਸੀ ਬੁਰਜ ਉਹ ਢਹਿ ਗਿਆ। ਇੱਕ ਬਾਬਾ ਜੀ ਜਿਵੇਂ ਗੇਟ ਸੀਗੇ, ਜਿਵੇਂ ਕਿਲੇ ਨੂੰ ਅਕਸਰ ਗੇਟ ਹੁੰਦੇ ਨੇ, ਹੁਣ ਇਹਦੇ ਜਿਹੜੇ ਗੇਟ ਇਹਦੇ ਕਿਲੇ ਦੇ ਕਿੰਨੇ ਗੇਟ ਹੁੰਦੇ ਸੀਗੇ? ਚਾਰ ਗੇਟ ਤੇ ਪੂਰੇ, ਚਾਰ ਡਿਊਟੀਆਂ ਦੀਆਂ, ਅੱਡੋ ਅੱਡੋ ਪੱਤੀਆਂ ਦੀਆਂ, ਚਾਰ ਪੱਤੀਆਂ ਦੀਆਂ, ਚਾਰ ਹੀ ਡਿਊਟੀਆਂ ਦੀਆਂ। ਹੁਣ ਇੱਕ ਡਿਊਟੀ ਖੜੀ ਹੈ ਜਿਹੜੀ ਸਰਦਾਰ ਮਹਤਾਬ ਸਿੰਘ ਦੀ ਡਿਊਟੀ ਆ, ਉਹ ਖੜੀ ਹੈ। ਅੱਛਾ ਜੀ, ਮਹਤਾਬ ਸਿੰਘ ਦੇ ਬੇਟੇ ਦੀ, ਗਰਜਾ ਸਿੰਘ, ਬਲਦਿਓ ਸਿੰਘ, ਸੁਰਪਾ ਸਿੰਘ, ਠਾਕਰਾ ਸਿੰਘ, ਇਹ ਬਸ ਡਿਊਟੀ ਖੜੀ ਆ ਹੁਣ ਇੱਕ ਵੈਸੇ ਤਾਂ ਫਿਰ ਵੀ ਡਰਦੇ ਨੇ ਸਰਦਾਰਾਂ ਦੇ, ਇੱਥੇ ਕੋਈ ਐਡੀ ਗੱਲਬਾਤ ਹੈ ਨਹੀਂ, ਤਾਂ ਕੋਈ ਇਹੋ ਜਿਹਾ ਅਸੀਂ ਸੁਣਿਆ ਵੀ ਨਹੀਂ ਵੀ ਕੋਈ ਪਨਾਹ ਲੈ ਲਈ ਵੀ ਲੋਕ ਗਿਆ ਇੱਥੇ ਆ ਕੇ, ਕੋਈ ਠਹਿਰ ਗਿਆ ਨਾ, ਇਹੋ ਜਿਹੀ ਗੱਲ ਤਾਂ ਸਾਡੇ ਹੈ ਨਹੀਂ। ਅੱਛਾ ਇੱਕ ਬਾਬੀ ਤੁਹਾਨੂੰ ਸਵਾਲ ਆ, ਇੱਕ ਖੂਹੀ ਆਪਾਂ ਦੇਖੀ ਆ ਹੈ ਨਾ, ਖੂਹੀ ਹੈ? ਹਾਂਜੀ ਦੇਖੀ ਆ ਜੀ ਉਹ ਅਸੀਂ, ਅਤੇ ਇਹ ਜਿਹੜੀ ਖੂਹੀ ਆ ਇਹ ਇੱਕ ਵੱਡਾ ਖੂਹ, ਇਹ ਵੀ ਪੁਰਾਣੀ ਬਹੁਤ, ਕਿਵੇਂ ਆ? ਇਹ ਵੀ ਉਸ ਟਾਈਮ ਦੀ ਹੋ ਜੀ। ਅੱਛਾ, ਹਾਂ ਉਹਨਾਂ ਟਾਈਮਾਂ ਦੀ ਉਹ ਹੈ। ਖੂਹ ਕਿੱਥੇ? ਜਿਹੜਾ ਵੱਡਾ ਖੂਹ ਆ ਜਾਂ ਖੂਹੀ ਆ, ਉਹ ਤੁਸੀਂ ਚੱਲਦੇ ਦੇਖੇ ਨੇ ਕਦੇ? ਪਹਿਲਾਂ ਚੱਲਦੇ ਦੇਖੇ ਨੇ ਪਾਣੀ ਵਿੱਚ? ਚੱਲਦੇ ਨਹੀਂ, ਅਸੀਂ ਨਹੀਂ ਚੱਲਦੇ। ਅੱਛਾ ਜੀ, ਉਹ ਕਿ ਨਹੀਂ ਚੱਲਦੇ? ਉਹ ਪਾਣੀ ਦੇਖਿਆ ਇਹਦੇ 'ਚ,
बरोटे जमे ने वधिया ए साफ हालत दे विच थी जमीन नूं रेड़ू लग्या होया हुण तां ए खराब हो गया जिवें तुसीं थोड़ी चलो उमर हैगी आ जिवें तुसीं उपरों कंधां ने जिहड़ियां कल दियां गल्लां ढा टू गए चोरी चीजां ने चक लिया लोकां ने दरवाजे कढ ले ताकियां कढ लिया ए तां आम थी सारे सो सानू दोस्तों इदां दी जिहड़ी इतिहासक चीजां ने बचाउण दी लोड़ है जिन्ने भी दर्शक देख रहे ने ਅਤੇ ਬਾਕੀ ਆਮ ਜਨਤਾ ਨੂੰ ਵੀ ਅਪੀਲ ਹੈ ਇਹ ਇੱਦਾਂ ਦੀਆਂ ਚੀਜ਼ਾਂ ਸਾਂਭੋ ਆਪਾਂ ਸਾਂਭੀਏ ਬਾਬਾ ਜੈ ਸਿੰਘ ਜਿਵੇਂ ਬਹੁਤ ਸਰਦਾਰ ਬਘੇਲ ਸੀ ਉਹਨਾਂ ਦੀ ਇਹ ਵੀ ਟੈਟੂ ਗਈ ਸਾਰੀ ਝਗੜੌਤੀ ਵਾਲਿਆਂ ਦੀ ਇਹ ਸਾਰਾ ਹੀ ਝਗੜੌਤੀ ਵਾਲਿਆਂ ਦਾ ਪੂਰਾ ਉੱਪਰ ਤੋਂ ਤੱਕ ਖੜਾ ਸੀ ਸਾਰਾ ਛੱਤਿਆ ਹੋਇਆ ਅੱਛਾ ਜੀ ਹਾਂ ਇਹ ਸਾਰਾ ਵੀ ਟੈਟੂ ਗਿਆ ਜਾਂ ਸਾਂਭਦੇ ਨਹੀਂ ਕੋਈ ਝਗੜੌਤੀ ਘਰ ਬੈਠੇ ਨੇ ਹਾਂਜੀ ਕੁਛ ਚੰਡੀਗੜ੍ਹ ਬੈਠੇ ਨੇ ਕੋਈ ਗੌਰ ਦਾ ਨਹੀਂ ਹੈਗਾ ਜਾਣੀ ਕਿ ਬੱਚੇ ਗੌਰ ਦੇ ਨਹੀਂ ਨਵੇਂ ਪੁਰਾਣਿਆਂ 'ਚ ਹੁਣ ਸਾਡੇ ਵੀਰ ਕਰਮਿੰਦਰ ਆ ਝਗੜੌਤੀ ਸਿਆਣੇ ਹੁਣ ਅੱਜ ਕੱਲ੍ਹ ਇੰਨੀ ਉਮਰ 'ਚ 80-90 'ਚ ਫਿਰ ਹਾਂਜੀ ਦੋਸਤੋ ਅਸੀਂ ਉਸੇ ਕਿਲੇ ਦੇ ਵਿੱਚ ਮੌਜੂਦ ਹਾਂ ਖੜ੍ਹੇ ਹਾਂ ਹਾਲੇ ਤੁਸੀਂ ਦੇਖ ਸਕਦੇ ਹੋ ਲਗਭਗ ਜਿਵੇਂ ਬਾਪੂ ਜੀ ਉਹਨਾਂ ਨੇ ਦੱਸਿਆ ਵੀ 300 ਸਾਲ ਪੁਰਾਣੀ ਇਹ ਇਮਾਰਤ ਹੈ ਦੇਖੋ ਹਾਲੇ ਵੀ ਜਿਹੜੀ ਕਿੰਨੀ ਸੋਹਣੀ ਆ ਦੇਖਣ ਨੂੰ ਕਿੰਨਾ ਸੋਹਣਾ ਲੱਗ ਰਿਹਾ ਇਮਾਰਤ ਹਾਲੇ ਵੀ ਉਸੇ ਤਰ੍ਹਾਂ ਖੜ੍ਹੀ ਹੈ 300 ਸਾਲ ਪੁਰਾਣੀ ਅੱਜ ਰੂਪ ਅੱਗੇ ਜਾ ਕੇ ਆਪਾਂ ਦਿਖਾਉਂਦੇ ਹਾਂ ਖੂਹ ਦਰਸ਼ਕਾਂ ਨੂੰ ਦਿਖਾਉਂਦੇ ਇੱਕ ਖੂਹ ਹਾਲੇ ਪੁਰਾਣਾ ਉੱਦਾਂ ਹੀ ਹੈਗਾ ਖੂਹ ਦੇ ਵਿੱਚ ਪਾਣੀ ਵੀ ਹੈਗਾ ਅਤੇ ਇੱਧਰ ਇਸ ਸਾਈਡ ਜਿਹੜਾ ਬੁਰਜ ਹੈ ਇਹ ਬੁਰਜ ਵੀ ਬਿਲਕੁਲ ਜਿਹੜਾ ਸਹੀ ਹੈ ਬਿਲਕੁਲ ਸਹੀ ਹੈ ਅਤੇ ਖੂਹ ਹੈ ਖੂਹ ਦੇ ਵਿੱਚ ਪਾਣੀ ਵੀ ਹੈਗਾ ਬਾਪੂ ਜੀ ਇੱਥੇ ਤੁਸੀਂ ਖੇਡਦੇ ਹੋ ਕਹਿੰਦੇ ਛੋਟੇ ਹੁੰਦੇ ਹੈ ਅਸੀਂ ਛੋਟੇ ਹੁੰਦੇ ਇੱਥੇ ਖੇਡਦੇ ਰਹੇ ਹਾਂ ਇਹ ਖੂਹ ਦੇ ਵਿੱਚ ਕਈ ਬੰਦੇ ਗਿਰ ਕੇ ਮਰ ਵੀ ਗਏ ਅੱਛਾ ਮੈਨੂੰ ਗੱਲ ਦੱਸਿਓ ਬਾਪੂ ਜੀ ਜਿਹੜੀ ਆਹ ਖੂਹ ਦੇ ਵਿੱਚ ਇੱਕ ਆਹ ਲੱਗੀ ਹੋਈ ਹੈ ਕੁੰਡੀ ਇੱਕ ਉੱਪਰ ਲੱਗੀ ਇੱਕ ਉਹ ਸਿਖਰ ਦੇ ਪਾਣੀ ਸਿਰੇ ਵੀ ਜਾਂਦਾ ਸੀ ਵਿਚਾਲੇ ਵੀ ਕਮਰੇ ਨੂੰ ਜਾਂਦਾ ਸੀਗਾ ਉਹ ਇੱਕ ਹੇਠਾਂ ਕਮਰਾ ਹੈ ਥੱਲੇ ਉੱਥੇ ਜੰਗ ਦੇ ਰੱਖੇ ਹੋਏ ਨੇ ਬਹੁਤ ਸੋਹਣੀ ਇੱਕ ਇਮਾਰਤ ਆ ਜਿਹੜੀ ਉਹ ਬਣੀ ਹੋਈ ਹਲੇ ਇੱਥੇ ਹੈਗੀ ਸਾਂਭੀ ਹੋਈ ਆ ਵੀਰਾਂ ਨੇ ਇਹਨਾਂ ਦੇ ਬਜ਼ੁਰਗਾਂ ਨੇ ਹਲੇ ਵੀ ਸਾਂਭੀ ਹੋਈ ਆ ਹਨਾ ਤਾਂ ਇੱਦਾਂ ਦੀਆਂ ਇਮਾਰਤਾਂ ਇੱਦਾਂ ਹੀ ਆਪਾਂ ਸਾਂਭ ਕੇ ਰੱਖੀਏ ਜਿਹੜੀਆਂ ਉਹ ਦੇਖ ਸਕਦੇ ਤੁਸੀਂ ਜਿਹੜਾ ਟਾਕੀ ਵਿੱਚੋਂ ਕੈਮਰਾਮੈਨ ਕਹੂੰਗਾ ਜ਼ਰੂਰ ਦਿਖਾਉਣ ਜਿਹੜਾ ਟਾਕੀ ਵਿੱਚੋਂ ਕਮਰਾ ਜੀ ਉਹਦੇ ਵਿੱਚੋਂ ਵੀ ਪਾਣੀ ਕਿਸ ਤਰੀਕੇ ਨਾਲ ਉੱਧਰ ਜਾਂਦਾ ਹੋਊ ਅਤੇ ਉੱਪਰ ਸ਼ਸਤਰ ਜਿਵੇਂ ਬਾਪੂ ਜੀ ਨੇ ਕਹਿੰਦੇ ਉੱਥੇ ਸ਼ਸਤਰ ਰੱਖੇ ਹੁੰਦੇ ਸੀਗੇ ਸੋ ਇੱਦਾਂ ਦੀਆਂ ਚੀਜ਼ਾਂ ਬਹੁਤ ਸਾਂਭਣੀਆਂ ਚਾਹੀਦੀਆਂ ਨੇ ਇੱਧਰ ਦੇਖੋ ਸਰਹੰਦੀ ਇੱਟਾਂ ਦਾ 4-5 ਕਿੱਲੇ ਇੱਕ ਏਕੜ ਦੇ ਵਿੱਚ ਜਿਵੇਂ ਬਾਪੂ ਜੀ ਨੇ ਦੱਸਿਆ ਇਹ ਹੈਗਾ ਛੋਟੇ ਹੁੰਦੇ ਬਾਪੂ ਜੀ ਹੁਣ ਇੱਥੇ ਖੇਡ ਰਹੇ ਨੇ ਅਤੇ ਜਿਵੇਂ ਸੁਰੰਗਾਂ ਵਿੱਚ ਵੀ ਇੱਕ ਦੂਜੇ ਪਾਸੇ ਜਿਵੇਂ ਕਹਿ ਲਓ ਵੀ ਅਸੀਂ ਲੰਘਦੇ ਰਹੇ ਹਾਂ ਲਾਟਣਾ ਲੈ ਕੇ ਜਾਂ ਮੂਰਤੀਆਂ ਦੇ ਨਾਲ ਹੈ ਨਾ ਤਾਂ ਇਹ ਇੱਦਾਂ ਦੀਆਂ ਇਤਿਹਾਸਕ ਚੀਜ਼ਾਂ ਨੇ ਜਿਹੜੀਆਂ ਦੋਸਤੋ ਸਾਨੂੰ ਸਾਂਭਣੀਆਂ ਚਾਹੀਦੀਆਂ ਨੇ ਉਮੀਦ ਕਰਦਾ ਤੁਹਾਨੂੰ ਇਹ ਜਿਹੜੀ ਵੀਡੀਓ ਆ ਬਾਬਾ ਜੈ ਸਿੰਘ ਜੀ ਦਾ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਪੇਜ ਨੂੰ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਸ਼ੇਅਰ ਕਰੋ ਧੰਨਵਾਦ ਜੀ।